ਅਸੀਂ ਮੌਜੂਦ ਹਾਂ ਚੰਡੀਗੜ੍ਹ ਚੰਡੀਗੜ੍ਹ ਹਾਲਾਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਅਨੰਦਪੁਰ ਸੀਟ ਦੇ ਨਾਲ ਨਾਲ ਚੰਡੀਗੜ੍ਹ ਸੀਟ ਵੀ ਬਹੁਤ ਹੀ ਅਹਿਮ ਹੈ। ਅਹਿਮ ਇਸ ਕਰਕੇ ਹੈ ਕਿਉਂਕਿ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਯਾਨੀ ਕਿ ਦੋਨੋਂ ਮਿਲ ਕੇ ਅਲਾਇੰਸ ਦੇ ਨਾਲ ਲੜ ਰਹੇ ਹੈ। ਮਨੀਸ਼ ਤਿਵਾੜੀ ਉਹਨਾਂ ਦੇ ਕੈਂਡੀਡੇਟ ਨੇ, ਦੂਜੇ ਪਾਸੇ ਸੰਜੇ ਟੰਡਨ। ਹਾਲਾਂਕਿ ਅਸੀਂ ਮੌਜੂਦ ਹਾਂ ਚੰਡੀਗੜ੍ਹ ਕਾਲਜ ਇੰਜੀਨੀਅਰਿੰਗ ਜਿੱਥੇ ਕਾਊਂਟਿੰਗ ਸੈਂਟਰ ਬਣਿਆ ਔਰ ਇੱਥੇ ਹੀ 8 ਵਜੇ ਤੋਂ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਜਾਏਗੀ। ਲੇਕਿਨ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਮਾਹੌਲ ਹੈ ਕਿਉਂਕਿ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਪੂਰਾ ਏਰੀਆ ਸੀਲ ਕੀਤਾ ਹੋਇਆ। ਚੰਡੀਗੜ੍ਹ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਡਿਗਰੀ ਵਿੰਗ ਇੱਥੇ ਪੂਰਾ ਅਰੇਂਜਮੈਂਟਸ ਕੀਤੇ ਹੋਏ ਨੇ। ਲਾਅ ਐਂਡ ਆਰਡਰ ਦੇ ਨਾਲ ਨਾਲ ਕਿਸ ਤਰ੍ਹਾਂ ਕਿੱਥੇ ਕਿਹਦੀ ਪਰਮਿਸ਼ਨ ਹੈਗੀ ਹੈ, ਕਿਸ ਨੂੰ ਅੰਦਰ ਜਾਣ ਦੀ ਪਰਮਿਸ਼ਨ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ, ਇਹ ਤਸਵੀਰਾਂ ਤੁਸੀਂ ਦੇਖੋ ਕਿਉਂਕਿ ਸੈਕਟਰ 26 ਇਹ ਕਾਲਜ ਪੂਰਾ ਏਰੀਆ ਹੈ ਔਰ ਇੱਥੇ ਪੂਰਾ ਬੰਦ ਕੀਤਾ ਹੋਇਆ ਯਾਨੀ ਕਿ ਅੱਗੇ ਆਉਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਕਿਉਂਕਿ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਾਲ ਵੀ ਸਾਡੀ ਗੱਲਬਾਤ ਹੋਈ ਹੈ। ਉਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਨੇੜੇ ਤੇੜੇ ਦਾ ਜਿੰਨਾ ਵੀ ਏਰੀਆ 144 ਇੱਥੇ ਲਾਈ ਗਈ ਹੈ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਇਕੱਠ ਇੱਥੇ ਨਹੀਂ ਹੋਣ ਦਿੱਤਾ ਜਾਏਗਾ। 8 ਵਜੇ ਤੋਂ ਵੋਟਿੰਗ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਕਰਕੇ ਹਾਲਾਂਕਿ ਤੁਸੀਂ ਵੇਖੋ ਕਿ HS ਲੱਕੀ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ HS ਲੱਕੀ ਉਹ ਵੀ ਇੱਥੇ ਪਹੁੰਚ ਚੁੱਕੇ ਨੇ। ਦੂਜੇ ਪਾਸੇ ਜਿਹੜੇ BJP ਦੇ ਜਿਹੜੇ ਲੀਡਰਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਬਹੁਤ ਹੀ ਜਿਹੜੇ ਲਿਮਿਟਿਡ ਲੋਕਾਂ ਨੂੰ ਇੱਥੇ ਪਰਮਿਸ਼ਨ ਦਿੱਤੀ ਗਈ ਹੈ ਜਿਹੜਾ ਇੱਥੇ ਆਉਣ ਦੀ। ਹਾਲਾਂਕਿ ਉਸ ਤੋਂ ਇਲਾਵਾ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਔਰ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ ਗੇਟ ਦੇ ਅੰਦਰ ਤੋਂ ਲੈ ਕੇ ਬਾਹਰ ਤੱਕ ਕਿਸੇ ਵੀ ਤਰ੍ਹਾਂ ਕੋਈ ਵੀ ਆਊਟਸਾਈਡਰ ਅਲਾਓ ਨਹੀਂ ਕੀਤਾ ਗਿਆ। ਸਿਰਫ ਕਾਰਡ ਹੋਲਡਰ ਜਿਹੜੇ ਜਿਨ੍ਹਾਂ ਦੇ ਕਾਰਡ ਬਣੇ ਨੇ ਉਹਨਾਂ ਨੂੰ ਇੰਟਰ ਹੋਣ ਦਿੱਤਾ ਜਾ ਰਿਹਾ। ਹੁਣ ਦੂਜੇ ਪਾਸੇ ਤੁਸੀਂ ਕਿਹਾ ਕਿ ਬਹੁਤ ਹੀ ਕਹਿ ਸਕਦੇ ਹਾਂ ਕਿ ਕੜਾ ਮੁਕਾਬਲਾ ਵੇਖਣ ਨੂੰ ਮਿਲਿਆ, ਕਾਫੀ ਇੰਟਰਸਟਿੰਗ। ਪਿਛਲੇ ਦਿਨਾਂ ਅਸੀਂ ਦੇਖਿਆ ਕਿ ਕੈਂਪੇਨਿੰਗ ਦੌਰਾਨ ਸੰਜੇ ਟੰਡਨ ਦੀ ਗੱਲ ਕਰ ਲਈਏ ਜਾਂ ਫਿਰ ਮਨੀਸ਼ ਤਿਵਾੜੀ, ਕਿਉਂਕਿ ਦੋ ਚਿਹਰੇ ਨੇ BJP ਤੋਂ ਸੰਜੇ ਟੰਡਨ ਤੇ ਦੂਜੇ ਪਾਸੇ ਮਨੀਸ਼ ਤਿਵਾੜੀ ਅਲਾਇੰਸ, ਕਿਉਂਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਹੈ। ਹੁਣ ਬਹੁਤ ਅਹਿਮ ਹੋ ਜਾਂਦਾ ਹੈ, ਬਹੁਤ ਅਹਿਮ ਕਿ ਆਖਿਰ ਜਿੱਤ ਕਿਸ ਦੀ ਹੁੰਦੀ ਹੈ ਕਿਉਂਕਿ ਇੱਥੇ ਵੋਟਿੰਗ ਜਿਹੜੀ ਹੈ 67.98% ਹੋਈ ਹੈ ਯਾਨੀ ਕਿ ਕਹਿ ਸਕਦੇ ਹਾਂ ਕਿ ਜਿਹੜਾ ਵੋਟਿੰਗ ਹੋਇਆ ਕਿਉਂਕਿ ਗਰਮੀ ਦਾ ਜਿਹੜਾ ਪ੍ਰਕੋਪ ਜ਼ਰੂਰ ਦੇਖਣ ਨੂੰ ਮਿਲਿਆ ਸੀਗਾ ਲੇਕਿਨ ਫਿਰ ਵੀ ਉਸ ਹਿਸਾਬ ਨਾਲ ਜਿਹੜੀ ਵੋਟਿੰਗ ਹੋਈ ਹੈ 67.98%। ਲੇਕਿਨ ਹੁਣ ਦੇਖਣਾ ਹੋਵੇਗਾ ਕਿ ਜਿੱਤ ਕਿਸ ਦੀ ਹੁੰਦੀ ਹੈ। ਸਾਰਿਆਂ ਦੀ ਨਜ਼ਰਾਂ ਚੰਡੀਗੜ੍ਹ ਸੀਟ ਤੇ ਟਿਕੀ ਹੋਈ ਹੈ ਔਰ ਚੰਡੀਗੜ੍ਹ ਸੀਟ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਵੱਖ ਹੈ ਔਰ ਆਮ ਆਦਮੀ ਪਾਰਟੀ ਅਲੱਗ ਲੜ ਰਹੀ ਹੈ ਲੇਕਿਨ ਚੰਡੀਗੜ੍ਹ ਦੇ ਵਿੱਚ ਬਿਲਕੁਲ ਜਿਹੜਾ ਸਿਨੈਰੀਓ ਹੈ ਉਹ ਬਿਲਕੁਲ ਚੇਂਜ ਹੈ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਲੱਸ ਆਮ ਆਦਮੀ ਪਾਰਟੀ ਇਕੱਠ ਹੋ ਕੇ ਲੜ ਰਹੀ ਯਾਨੀ ਕਿ ਮਨੀਸ਼ ਤਿਵਾੜੀ ਇੱਥੇ ਦੇ ਕੈਂਡੀਡੇਟ ਨੇ। ਹਾਲਾਂਕਿ ਉਹ ਦਾਅਵਾ ਕਰ ਰਹੇ, ਦੋਵੇਂ ਪਾਰਟੀਆਂ ਦਾਅਵਾ ਕਰ ਰਹੀਆਂ ਕਿ ਸਾਡੀ ਜਿੱਤ ਪੱਕੀ ਹੈ ਲੇਕਿਨ ਹੁਣ ਤੁਸੀਂ ਦੇਖਣਾ ਹੋਵੇਗਾ। ਲੇਕਿਨ ਇੱਕ ਜ਼ਰੂਰ ਹੈ ਕਿ ਜਿੱਦਾਂ ਪਹਿਲਾਂ ਹੁੰਦਾ ਸੀਗਾ ਕਿ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਸੀਗਾ ਕਿ ਕਿਹਦੀ ਜਿੱਤ ਹੋ ਰਹੀ ਹੈ, ਕੌਣ ਅੱਗੇ ਚੱਲ ਰਿਹਾ, ਲੇਕਿਨ ਇਸ ਵਾਰ ਬਹੁਤ ਹੀ ਡਿਫਰੈਂਟ ਕਹਿ ਸਕਦੇ ਹਾਂ ਕਿ ਹਾਲਾਂਕਿ ਇਸ ਵਾਰ ਕੋਈ ਵੇਵ ਕਿਸੇ ਦੀ ਨਹੀਂ ਦਿਖਾਈ ਗਈ ਹੈ ਪਾਰਟੀਕੁਲਰ, ਲੇਕਿਨ ਮੁਕਾਬਲਾ ਜਿਹੜਾ ਉਹ ਬਹੁਤ ਹੀ ਇੰਟਰਸਟਿੰਗ ਹੈ। ਚਾਹੇ ਉਹ ਪਿੰਡਾਂ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਦੇ ਪਿੰਡਾਂ ਦੇ ਵਿੱਚ 22 ਪਿੰਡ ਨੇ, ਚਾਹੇ ਪੂਰੇ ਸੈਕਟਰ ਕਲੋਨੀ ਵਾਈਜ਼ ਸਲਮ ਏਰੀਆ ਜਿੰਨੇ ਵੀ ਏਰੀਆ ਨੇ, ਕਿਉਂਕਿ ਡੋਰ ਟੂ ਡੋਰ ਕੰਪੇਨਿੰਗ ਦੇ ਨਾਲ ਕਾਫੀ ਵੱਡੇ ਚਿਹਰੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਸੀਗੇ। ਲੇਕਿਨ ਹੁਣ ਦੇਖਣਾ ਹੋਵੇਗਾ, 8 ਵਜੇ ਤੋਂ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੈ ਔਰ ਮੋਸਟ ਪ੍ਰੋਬਲੀ ਆਪਾਂ ਕਹਿ ਸਕਦੇ ਹਾਂ ਕਿ 12-1 ਵਜੇ ਤੱਕ ਪੂਰਾ ਇਹ ਜਿਹੜਾ ਪੂਰਾ ਕਲੀਅਰ ਹੋ ਜਾਏਗਾ ਕਿ ਚੰਡੀਗੜ੍ਹ ਦੀ ਸੀਟ ਦਾ ਹੱਕਦਾਰ ਕੌਣ ਹੈ, ਕੌਣ ਮੈਂਬਰ ਆਫ ਪਾਰਲੀਮੈਂਟ ਬਣ ਕੇ ਆ ਰਿਹਾ ਹੈ। ਇਹ ਬਹੁਤ ਅਹਿਮ ਹੋ ਜਾਂਦਾ, ਇਸ ਕਰਕੇ ਪੂਰੇ ਅਰੇਂਜਮੈਂਟਸ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰ ਦਿੱਤੇ ਗਏ ਨੇ ਔਰ ਕਿਸੇ ਨੂੰ ਵੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਇੰਟਰ ਹੋਣ ਦੀ, ਯਾਨੀ ਕਿ ਕਿਸੇ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਸਿਰਫ ਕਾਰਡ ਹੋਲਡਰਸ ਜਿਹੜੇ ਨੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਫਿਰ ਹੋਰ ਜਿਹੜੇ ਇਹਨਾਂ ਦੇ ਕਾਰਡ ਜਿਹੜੇ ਪੋਲੀਟੀਕਲੀ ਪਾਰਟੀ ਦੇ ਬੜੇ ਲਿਮਿਟਿਡ ਲੋਕ ਨੇ ਜਾਂ ਫਿਰ ਕੈਂਡੀਡੇਟ ਜਾਂ ਫਿਰ ਉਹਨਾਂ ਦੇ ਜਿਹੜੇ ਵੀ 2-3 ਜਿਹੜੇ ਲੋਕ ਨੇ ਉਹਨਾਂ ਨੂੰ ਹੀ ਪਰਮਿਸ਼ਨ ਦਿੱਤੀ ਗਈ ਹੈ ਔਰ ਉਹਨਾਂ ਦੇ ਜੋ ਵੀ ਕੋਈ ਸਪੋਰਟਰ ਹੈ
ਉਸ ਨੂੰ ਇੱਥੇ ਆਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਤੁਸੀਂ ਇਹ ਦੇਖੋ, ਸਾਰਾ ਪੁਲਿਸ ਨੇ ਘੇਰਾ ਪਾਇਆ ਹੋਇਆ ਕਿ ਸਾਰੀ ਬੈਰੀਕੇਟਿੰਗ ਕੀਤੀ ਹੋਈ ਹੈ, ਕਿਸੇ ਨੂੰ ਵੀ ਇਹ ਪੂਰਾ ਰੋਡ ਅੱਜ ਵਾਸਤੇ ਬੰਦ ਕੀਤਾ ਗਿਆ ਹੈ। ਔਰ ਇੱਥੇ 144 ਵੀ ਲਾਈ ਗਈ ਹੈ, ਯਾਨੀ ਕਿ 144 ਦਾ ਮਤਲਬ ਇਹ ਹੈ ਕਿ ਤੁਸੀਂ 4 ਤੋਂ 5 ਬੰਦੇ ਤੋਂ ਇਲਾਵਾ ਕੋਈ ਵੀ ਇੱਥੇ ਇਕੱਠ ਨਾ ਹੋਵੇ, ਯਾਨੀ ਕਿ ਇੱਥੇ ਤੁਸੀਂ ਜੇਕਰ ਕੋਈ ਵੀ ਪਾਰਟੀ ਦਾ ਕੈਂਡੀਡੇਟ ਜਿੱਤਦਾ ਹੈ ਤਾਂ ਉਸ ਨੂੰ ਇੱਥੇ ਆ ਕੇ ਉਹਨਾਂ ਦੇ ਸਪੋਰਟਰ ਕੋਈ ਜਸ਼ਨ ਨਹੀਂ ਮਨਾ ਸਕਦੇ ਜਾਂ ਫਿਰ ਇੱਥੇ ਖੜ ਨਹੀਂ ਸਕਦੇ। ਬਹੁਤ ਹੀ ਕਲੀਅਰ ਇੰਸਟਰਕਸ਼ਨ ਦਿੱਤੀ ਗਈ ਹੋ ਡਿਪਟੀ ਕਮਿਸ਼ਨਰ ਵੱਲੋਂ, ਇਹ ਪੂਰਾ ਰੋਡ ਬੰਦ ਕੀਤਾ ਹੋਇਆ। ਹਾਲਾਂਕਿ ਡੇਲੀ ਰੂਟੀਨ ਵਾਈਜ਼ ਇਹ ਪੂਰਾ ਕਾਲਜ ਏਰੀਆ ਹੈ, ਪੂਰਾ ਰੈਸੀਡੈਂਸ ਏਰੀਆ ਹੈ ਔਰ ਕਾਫੀ ਰਸ਼ ਹੁੰਦਾ ਇਸ ਪਾਸੇ, ਲੇਕਿਨ ਅੱਜ ਪੂਰਾ ਇਹ ਬੰਦ ਕੀਤਾ ਹੋਇਆ। ਰੀਜ਼ਨ ਇਹੀ ਹੈ ਕਿ ਕੋਈ ਆਵਾਜਾਹੀ ਜਿਹੜੀ ਹੈ ਉਹ ਨਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਪ੍ਰੋਟੋਕਾਲ ਹੈ ਉਹ ਖਰਾਬ ਨਾ ਹੋਵੇ, ਕੋਈ ਹੱਲਾ ਗੁੱਲਾ ਨਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਕੱਟ ਨਾ ਹੋਵੇ। ਔਰ 8 ਵਜੇ ਤੋਂ ਇਹ ਵੋਟਿੰਗ ਜਿਹੜੀ ਹੈ ਸ਼ੁਰੂ ਹੋਏਗੀ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਰੁਝਾਨ ਆਉਂਦੇ ਇਹ ਤੁਹਾਨੂੰ ਨਾਲ ਦੇ ਨਾਲ ਅਪਡੇਟ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਨਿਊਜ਼ 18 ਤੇ ਤੁਹਾਨੂੰ ਦੇਵਾਂਗੇ।